ਸਤਿ ਸ਼੍ਰੀ ਅਕਾਲ ਜੀ, ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਅਸੀਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ, ਤੇ ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ, ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲ ਚਾਲ। ਟੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਖੀ ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਜੀ ਨਵਜੋਤ ਸਿੰਘ ਸਿੱਧੂ ਹੋਰਾਂ ਦੀ। ਬਹੁਤ ਲੰਬੇ ਸਮੇਂ ਤੋਂ ਬਾਅਦ ਉਹਨਾਂ ਦਾ ਕੋਈ ਬਿਆਨ ਜਿਹੜਾ ਉਹ ਸਾਹਮਣੇ ਆਇਆ ਹੈ, ਔਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਸ ਵਾਰ SYL ਦੇ ਮੁੱਦੇ ਦੇ ਉੱਪਰ ਪੰਜਾਬ ਸਰਕਾਰ ਨੂੰ ਘੇਰਾ ਪਾਇਆ ਜੀ। ਦੇਖੋ, ਪਹਿਲੀ ਗੱਲ ਤਾਂ ਵੀ ਨਵਜੋਤ ਸਿੰਘ ਸਿੱਧੂ, ਬਿਲਕੁਲ ਤੁਹਾਡੀ ਗੱਲ ਸਹੀ ਹੈ, ਵੀ ਕਾਫੀ ਲੰਬੇ ਸਮੇਂ ਬਾਅਦ ਸਰਗਰਮੀ ਦੇ ਵਿੱਚ ਆਏ ਆ। ਇਸ ਕਰਕੇ ਉਹ ਸਰਗਰਮੀ ਦੇ ਵਿੱਚ ਆਏ ਆ ਕਿਉਂਕਿ ਹੁਣ ਉਹਨਾਂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਤੰਦਰੁਸਤੀ ਦੇ ਵੱਲ ਵੱਧ ਰਹੇ ਆ। ਉਹ ਤੰਦਰੁਸਤ ਰਹਿਣ, ਚੜ੍ਹਦੀ ਕਲਾ ਦੇ ਵਿੱਚ ਰਹਿਣ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਬਿਲਕੁਲ ਚੁੱਪ ਜੇ ਵੱਟ ਗਏ। ਸਿੱਧੂ ਸਾਹਿਬ ਹਾਰੇ, ਆਪਾਂ ਸਮਝ ਸਕਦੇ ਵੀ ਉਹਨਾਂ ਨੇ ਮਨ ਦੇ ਉੱਤੇ ਸੱਟ ਬੜੀ ਭੈੜੀ ਵੱਜੀ ਹੋਣੀ ਆ। ਤੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਲਹਿਰ ਸੀ, ਕਈ ਹੋਰਨਾਂ ਦੇ ਵਾਂਗ ਸਿੱਧੂ ਸਾਹਿਬ ਵੀ ਹਾਰ ਗਏ, ਜਿਹਦੇ ਵਿੱਚ ਚੰਨੀ ਸਾਹਿਬ ਦੋ ਥਾਵਾਂ ਤੋਂ ਹਾਰ ਗਏ, ਜਿਹਦੇ 'ਚ ਮਜੀਠੀਆ ਹੋ ਰਹੀ, ਸੁਖਬੀਰ ਹੋ ਰਹੀ, ਸਾਰੇ ਹੀ ਹਾਰ ਗਏ ਕਹਿਣ ਦਾ ਭਾਵ। ਪਰ ਅਗਲੀ ਗੱਲ ਇਹ ਆ ਵੀ ਨਵਜੋਤ ਸਿੰਘ ਸਿੱਧੂ ਹੁਣ ਪਤਨੀ ਦੀ ਤੰਦਰੁਸਤੀ ਦੇ ਮੌਕੇ ਹੌਲੀ ਹੌਲੀ ਸਰਗਰਮੀ ਦੇ ਵੱਲ ਵੱਧ ਰਹੇ ਆ। ਤੇ ਜਲੰਧਰ ਦੇ ਵਿੱਚ ਕੱਲ੍ਹ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਪ੍ਰੈਸ ਕਲੱਬ ਦੇ ਵਿੱਚ ਉਹਨਾਂ ਨੇ ਇੱਥੇ ਆ ਕੇ ਕਈ ਮਹੱਤਵਪੂਰਨ ਗੱਲਾਂ ਕੀਤੀਆਂ। ਉਹਨਾਂ ਨੇ ਇਹ ਗੱਲ ਕਹੀ ਆ ਕਿ ਸੂਬੇ ਦੀ ਸਰਕਾਰ ਆ ਜਿਹੜੀ ਉਹ SYL ਦੇ ਮੁੱਦੇ ਦੇ ਉੱਤੇ ਜਾਣ ਬੁੱਝ ਕੇ ਲੋਕਾਂ ਨੂੰ ਝੋਲਾ ਪਾ ਰਹੀ ਆ, ਭੁਲੇਖਾ ਪਾ ਰਹੀ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਸੂਬੇ ਦੇ ਵਿੱਚ ਮਸਲੇ ਹੋਰ ਬਹੁਤ ਸਾਰੇ ਆ, ਉਹਨਾਂ ਮਸਲਿਆਂ ਦੇ ਵੱਲੋਂ ਧਿਆਨ ਡਾਇਵਰਟ ਕਰਨ ਦੇ ਲਈ, ਧਿਆਨ ਤਬਦੀਲ ਕਰਨ ਦੀ ਖਾਤਰ ਸੂਬੇ ਦੀ ਸਰਕਾਰ ਦੇ ਵੱਲੋਂ ਇਹ ਗੱਲ ਬਾਹਰ ਕੱਢ ਕੇ ਲਿਆਂਦੀ ਗਈ ਆ। ਉਹ ਕਹਿੰਦੇ ਵੀ ਦੇਖੋ, SYL ਵਾਲਾ ਮੁੱਦਾ ਬਹੁਤ ਗੰਭੀਰ ਆ, ਪਰ ਜੋ ਅੱਜ ਪੰਜਾਬ ਦੇ ਪਾਣੀ ਦੀ ਸੰਭਾਲ ਨਹੀਂ ਹੋ ਰਹੀ, ਕੀ ਇਹ ਘੱਟ ਗੰਭੀਰ ਆ? ਜਿਹੜਾ ਪੰਜਾਬ ਦੇ ਵਿੱਚ ਪਾਣੀ ਬਰਬਾਦ ਹੋ ਰਿਹਾ, ਅੱਜ ਜੋ ਪੰਜਾਬ ਦੇ ਵਿੱਚ ਪ੍ਰਸਥਿਤੀਆਂ ਅੱਜ ਦੇ ਪਾਣੀ ਦੇ ਨਾਲ ਸੰਬੰਧਿਤ ਬਣ ਰਹੀਆਂ, ਤੇ ਕੀ ਇਹ ਘੱਟ ਗੰਭੀਰ ਆ? ਕੀ ਅੱਜ ਧਰਤੀ ਹੇਠ ਪਾਣੀ ਰੀਚਾਰਜ ਹੋ ਰਿਹਾ? ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਘੱਟ ਮੀਂਹ ਪੈ ਰਹੇ ਆ, ਪੰਜਾਬ ਲਗਾਤਾਰ ਡਾਰਕ ਜ਼ੋਨ ਦੇ ਵੱਲ ਵੱਧ ਰਿਹਾ, ਪੰਜਾਬ ਦੇ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਪੈਦਾ ਹੋ ਰਹੀ ਆ, ਨਹਿਰੀ ਪਾਣੀ ਆ ਜਿਹੜਾ ਉਹ ਲੋਕਾਂ ਤੱਕ ਪਹੁੰਚ ਨਹੀਂ ਰਿਹਾ, ਕੀ ਪੰਜਾਬ ਦੇ ਵਿੱਚ ਪਾਣੀ ਦੀਆਂ ਪ੍ਰਸਥਿਤੀਆਂ ਜਿਹੜੀਆਂ ਉਹ ਬਦਤਰ ਨਹੀਂ ਹੋ ਰਹੀਆਂ, ਪੰਜਾਬ ਦੇ ਵਿੱਚ ਪਾਣੀ ਦੀ ਸਥਿਤੀ ਖਤਰਨਾਕ ਨਹੀਂ ਬਣ ਰਹੀ? ਸੋ ਆਉਂਦੇ ਸਮੇਂ ਦੇ ਵਿੱਚ ਉਹਨਾਂ ਨੇ ਕਿਹਾ ਕੀ ਪੰਜਾਬ ਪਾਣੀ ਤੋਂ ਬਿਨਾਂ ਬਚ ਜੂਗਾ, ਇਹਦੇ ਵੱਲ ਕਿਉਂ ਨਹੀਂ ਗੌਰ ਕਰਦੇ? ਉਹ ਕਹਿੰਦੇ ਵੀ ਹੁਣ ਜਦੋਂ ਪੰਜਾਬ ਦੇ ਵਿੱਚ ਰੇਤ ਆ ਜਿਹੜੀ ਉਹ ਬੇਹੱਦ ਮਹਿੰਗੀ ਹੋ ਗਈ, ਜਦੋਂ ਤਾਂ 3300 ਰੁਪਏ ਦੀ ਟਰਾਲੀ ਸੀ, ਉਦੋਂ ਰੌਲਾ ਪਾਉਂਦੇ ਸੀਗੇ ਵੀ ਕਾਂਗਰਸ ਨੇ 3300 ਰੁਪਏ ਦੀ ਟਰਾਲੀ ਕਰਤੀ, ਤੇ ਅੱਜ ਜਾ ਕੇ ਦੁਕਾਨ ਤੋਂ ਪੁੱਛੋ ਵੀ ਭਾਈ ਰੇਤੇ ਦੀ ਟਰਾਲੀ ਕਿੰਨੇ ਦੀ ਆ? ਉਹਦੇ ਵੱਲੋਂ ਧਿਆਨ ਡਾਇਵਰਟ ਕਰਨ ਦੇ ਲਈ, ਆ ਬੇਅਦਬੀ ਦਾ ਮਾਮਲਾ ਉਹਦੇ ਵੱਲੋਂ ਧਿਆਨ ਡਾਇਵਰਟ ਕਰਨ ਦੇ ਲਈ, ਆ ਸਿਕਿਉਰਟੀਆਂ ਉਹਦੇ ਵੱਲੋਂ ਧਿਆਨ ਡਾਇਵਰਟ ਕਰਨ ਦੇ ਲਈ, ਹਰ ਬੰਦਾ ਪ੍ਰਦਰਸ਼ਨ ਦੇ ਰਾਹ ਦੇ ਉੱਤੇ ਉਹਦੇ ਵੱਲੋਂ ਧਿਆਨ ਡਾਇਵਰਟ ਕਰਨ ਦੇ ਲਈ, ਤੇ ਇਹ ਸਾਰਾ ਕੁਝ ਇਹਨਾਂ ਨੇ ਜਾਣ ਬੁੱਝ ਕੇ ਕੀਤਾ। ਉਹ ਕਹਿੰਦੇ ਇਹ ਸਰਕਾਰ ਆ ਜਿਹੜੀ ਉਹਦੇ ਵੱਲੋਂ ਕੀਤਾ ਕਰਾਇਆ ਕੁਝ ਨਹੀਂ ਜਾ ਰਿਹਾ, ਥੁੱਕ ਨਾਲ ਬੜੇ ਪਕਾਏ ਜਾ ਰਹੇ ਆ। ਸੋ ਉਹਨਾਂ ਨੇ ਕੱਲ੍ਹ ਘੇਰਿਆ। ਉਹ ਕਹਿੰਦੇ ਜੀ ਦੇਖੋ, SYL ਦੀ ਗੱਲ ਕਰੋ, ਬਿਲਕੁਲ ਕਰੋ, ਪੰਜਾਬ ਦਾ ਪਾਣੀ ਕਿਤੇ ਇੱਕ ਬੂੰਦ ਵੀ ਨਾ ਜਾਵੇ, ਬਿਲਕੁਲ ਸਹੀ ਗੱਲ ਆ, ਪਰ ਵਰਤਮਾਨ ਸਮੇਂ ਦੇ ਵਿੱਚ ਵੀ ਤਾਂ ਪਾਣੀ ਬਚਾਈਏ। ਅੱਜ ਸਾਡੇ ਕੋਲੇ ਪ੍ਰਬੰਧ ਕੀ ਆ? ਮੰਨ ਲਓ ਲਗਾਤਾਰ ਮੀਂਹ ਪੈ ਜੇ, ਸਾਡੇ ਕੋਲੇ ਪਾਣੀ ਸਟੋਰ ਕਰਨ ਦਾ ਪ੍ਰਬੰਧ ਕੀ ਆ? ਜੇਕਰ ਅੱਜ ਪੰਜਾਬ ਦੇ ਵਿੱਚ ਪਾਣੀ ਦੀ ਸਥਿਤੀ ਗੰਭੀਰ ਆ, ਬਿਲਕੁਲ ਸਹੀ ਆ, ਗੰਭੀਰ ਹੋਈ ਪਈ ਆ, ਤੇ ਫਿਰ ਅਸੀਂ ਇਹਨੂੰ ਸੁਧਾਰਨ ਵਾਸਤੇ ਕੀ ਕਰ ਰਹੇ ਹਾਂ? ਇਕੱਲਾ ਰੌਲਾ ਹੀ ਪਾਈ ਜਾਵਾਂਗੇ ਵੀ ਲੁੱਟੇ ਗਏ, ਲੁੱਟੇ ਗਏ, ਲੁੱਟੇ ਗਏ, ਲੁੱਟੇ ਗਏ? ਇਹਦੇ ਲਈ ਕੁਝ ਪ੍ਰਬੰਧ ਵੀ ਤਾਂ ਕਰਗੇ। ਵੱਖ ਵੱਖ ਸੂਬਿਆਂ ਦੇ ਵਿੱਚ ਜਿਹੜੇ ਪ੍ਰਬੰਧ ਕੀਤੇ ਉਹ ਅਸੀਂ ਕਿਉਂ ਨਹੀਂ ਪ੍ਰਬੰਧ ਕਰਦੇ? ਉਹਨਾਂ ਨੇ ਕਿਹਾ ਜੀ ਕਿ ਇਸ ਵੇਲੇ ਸੂਬੇ ਦੀ ਸਰਕਾਰ ਨਿਖਿਤ ਸਾਬਤ ਹੋ ਰਹੀ ਆ, ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ। SYL ਵਾਲਾ ਮੁੱਦਾ ਇਹਨਾਂ ਨੇ ਜਾਣ ਬੁੱਝ ਕੇ ਕੱਢ ਕੇ ਲਿਆਂਦਾ, ਇਸ ਕਰਕੇ ਕੱਢ ਕੇ ਲਿਆਂਦਾ ਵੀ ਭਾਈ ਬਾਕੀ ਸਾਰੇ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰ ਦਿੱਤਾ ਜਾਵੇ। ਸੋ ਗੱਲ ਸਹੀ ਵੀ ਇਹ, ਇੰਨੀ ਕੁ ਤਾਂ ਮੈਂ ਮੰਨਦਾ ਸਿੱਧੂ ਸਾਹਿਬ ਦੀ ਸਹੀ, ਬਈ ਦੇਖੋ ਪੰਜਾਬ ਦੇ ਵਿੱਚ ਵਰਤਮਾਨ ਸਮੇਂ 'ਚ ਵੀ ਪਾਣੀ ਦੀ ਸੰਭਾਲ ਚਾਹੀਦੀ ਆ। SYL ਦੇ ਪਾਣੀ ਦੀ ਗੱਲ ਤਾਂ ਅਸੀਂ ਕਰਦੇ ਹਾਂ, ਚਲੋ ਕਰਨੀ ਵੀ ਚਾਹੀਦੀ, ਸਾਡਾ ਹੱਕ ਆ, ਪਰ ਉਸ ਤੋਂ ਇਲਾਵਾ ਜਿਹੜਾ ਪਾਣੀ ਮੈਂ ਬਰਬਾਦ ਕਰਦਾ, ਜਿਹੜਾ ਪਾਣੀ ਤੁਸੀਂ ਬਰਬਾਦ ਕਰਦੇ ਹੋ, ਜਿਹੜਾ ਪਾਣੀ ਅਸੀਂ ਸਾਰੇ ਬਰਬਾਦ ਕਰਦੇ ਹਾਂ, ਜਿਹੜੇ ਪਾਣੀ ਦੀ ਅਸੀਂ ਕਦੇ ਕਦਰੀ ਨਹੀਂ ਕੀਤੀ, ਉਸ ਪਾਣੀ ਦੇ ਬਾਰੇ ਕੌਣ ਗੱਲ ਕਰੂਗਾ? ਉਹਨੂੰ ਕੌਣ ਬਚਾਊਗਾ? ਸੋ ਉਸ ਪਾਣੀ ਨੂੰ ਵੀ ਬਚਾਉਣਾ ਚਾਹੀਦਾ ਹੈ, ਜਿਹੜਾ ਕਿ ਹਾਲੇ ਤੱਕ ਬਚਾਇਆ ਨਹੀਂ ਜਾ ਸਕਿਆ, ਜਿਹੜਾ ਕਿ ਬਚਾਉਣ ਦੇ ਵੱਲ ਕਦੇ ਕਿਸੇ ਨੇ ਕਦਮ ਨਹੀਂ ਚੁੱਕਿਆ। ਸੋ ਇਹ ਗੱਲ ਦੁੱਖ ਦੀ ਹੈ। ਸੋ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਇਸ ਮਾਮਲੇ ਤੇ ਕੀ ਹੁੰਦਾ ਜੀ। ਜੀ ਬਿਲਕੁਲ, ਤੁਹਾਡੀ ਗੱਲ ਬਿਲਕੁਲ ਵਾਜਬ ਹੈ, ਹਰ ਇੱਕ ਨੂੰ ਆਪਣੀ ਡਿਊਟੀ ਜਿਹੜੀ ਆ ਨਿਭਾਉਣੀ ਪਊਗੀ। ਬਾਕੀ ਟੈਣਾ ਸਾਹਿਬ, ਕੱਲ੍ਹ ਵੀ ਆਪਾਂ ਖਬਰਾਂ ਦੇ ਵਿੱਚ ਸਾਂਝ ਪਾਈ ਸੀ ਕਿ ਕਬੱਡੀ ਖਿਡਾਰੀ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਹੁਣ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸਰਪੰਚੀ ਦੇ ਲਈ ਇਹ ਗੋਲੀਆਂ ਚਲਾਈਆਂ ਗਈਆਂ ਸੀ। ਬਿਲਕੁਲ ਜੀ ਬਿਲਕੁਲ, ਬੜੇ ਦੁੱਖ ਦੀ ਤੇ ਬੜੀ ਹੈਰਾਨੀ ਵਾਲੀ ਇਹ ਗੱਲ ਆ ਕਿ ਕਬੱਡੀ ਖਿਡਾਰੀ ਦੇ ਉੱਤੇ ਗੋਲੀਆਂ ਕਿਉਂ ਚੱਲੀਆਂ। ਕੱਲ੍ਹ ਜਦੋਂ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਸੀ, ਉਦੋਂ ਜਾਣਕਾਰੀ ਇਹ ਸੀ ਕਿ ਮੋਗਾ ਜ਼ਿਲ੍ਹੇ ਦੇ ਵਿੱਚ ਪਿੰਡ ਆ ਧੂੜ ਕੋਟ ਰਣ
ਇਸ ਪਿੰਡ ਦੇ ਵਿੱਚ ਗੋਲੀਆਂ ਚੱਲੀਆਂ ਕਬੱਡੀ ਖਿਡਾਰੀ ਦੇ ਉੱਤੇ, ਬਿੰਦਰੂ ਉਹਦਾ ਨਾਮ, ਬਿੰਦਰੀ ਬਿੰਦਰੀ ਕਹਿੰਦੇ ਉਹਨੂੰ, ਉਹ ਕਬੱਡੀ ਖਿਡਾਰੀ ਦੇ ਉੱਤੇ ਗੋਲੀਆਂ ਚਲਾਈਆਂ, ਉਹਦੇ ਘਰ ਦੇ ਵਿੱਚ ਵੜ ਕੇ ਗੋਲੀਆਂ ਮਾਰੀਆਂ, ਉਹ ਹੁਣ DMC ਦੇ ਵਿੱਚ ਦਾਖਲ ਆ, ਗੰਭੀਰ ਹਾਲਤ ਦੇ ਵਿੱਚ ਜ਼ਖਮੀ ਹੈ। ਫਿਰ ਖਬਰਾਂ ਆਉਣ ਲੱਗ ਪਈਆਂ ਜੀ ਪਤਾ ਨਹੀਂ ਕਿਉਂ ਗੋਲੀਆਂ ਚੱਲੀਆਂ, ਆਪਾਂ ਗੱਲ ਕੀਤੀ ਸੀ ਵੀ ਸ਼ਾਇਦ ਪਾਰਟੀ ਬਾਜ਼ੀ ਦੇ ਕਰਕੇ ਚੱਲੀਆਂ ਹੋਣ, ਪਰ ਹੁਣ ਵਿੱਚੋਂ ਗੱਲ ਸਾਹਮਣੇ ਆ ਗਈ ਆ ਕਿਉਂਕਿ ਇਸ ਮਾਮਲੇ ਦੇ ਵਿੱਚ ਦੋ ਜਾਣੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਏ ਗਏ ਆ। ਉਹਨਾਂ ਦੋ ਜਣਿਆਂ ਦੇ ਵੱਲੋਂ ਕੁਝ ਜਾਣਕਾਰੀਆਂ ਦਿੱਤੀਆਂ ਗਈਆਂ, ਤੇ ਜਿਸ ਤਰੀਕੇ ਦੇ ਨਾਲ ਹੁਣ ਇਹ ਜਾਣਕਾਰੀ ਆਈ ਹੈ ਜੀ ਕਿ ਇਹ ਤਾਂ ਸਰਪੰਚੀ ਦਾ ਮਾਮਲਾ ਸੀ, ਹੁਣ ਇਹ ਜਾਣਕਾਰੀ ਆਈ ਸਾਹਮਣੇ ਕਿ ਇਹ ਜਿਹੜਾ ਨੌਜਵਾਨ ਆ, ਜਿਹੜਾ ਬਿੰਦਰੀ ਆ, ਇਹ ਆਮ ਆਦਮੀ ਪਾਰਟੀ ਦੇ ਵਿੱਚ ਆਪਣੇ ਸਾਥੀਆਂ ਸਮੇਤ ਸ਼ਾਮਲ ਹੋ ਗਿਆ ਸੀ। ਪਿੰਡ ਦੇ ਵਿੱਚ ਸਰਪੰਚੀ ਦੀ ਚੋਣ ਲੜਨੀ ਚਾਹੁੰਦਾ ਸੀ ਤੇ ਇਸ ਪਿੰਡ ਦੇ ਵਿੱਚ ਦੂਜਾ ਧੜਾ ਜਿਹੜਾ ਉਹ ਚਾਹੁੰਦਾ ਨਹੀਂ ਸੀ ਕਿ ਸਰਪੰਚੀ ਦੀ ਚੋਣ ਲੜੇ। ਇਸੇ ਪਿੰਡ ਦਾ ਜੱਗੇ ਜੱਗੇ ਨਾਂ ਦਾ ਇੱਕ ਵਿਅਕਤੀ ਬਾਹਰਲੇ ਮੁਲਕ ਦੇ ਵਿੱਚ ਬੈਠਾ, ਉਹਨੇ ਇਹਨੂੰ ਫੋਨ ਕਰਕੇ ਵੀ ਇਹ ਗੱਲ ਕਹੀ ਸੀ ਵੀ ਜੇਕਰ ਤੂੰ ਉਧਰਲੇ ਪਾਸੇ ਗਿਆ ਜਾਂ ਉਧਰਲੇ ਪਾਸੇ ਚੋਣ ਲੜਿਆ ਤੇਰੇ ਮੱਥੇ 'ਚ ਗੋਲੀ ਮਾਰ ਦੇਣੀ ਹੈ। ਫਿਰ ਉਹਨੇ ਪਹਾੜੇ ਦੇ ਬੰਦੇ ਭੇਜੇ, ਉਹਨੇ ਇਹ ਹਮਲਾ ਕਰਵਾਇਆ। ਤੁਸੀਂ ਦੇਖੋ ਸੋਚ ਕੇ ਵੀ ਕੀ ਗੱਲ ਬਣੀ ਆ, ਕੀ ਕੁਝ ਬਣ ਰਿਹਾ ਕਿ ਭਾਈ ਇਸ ਵੇਲੇ ਸਰਪੰਚੀ ਦੀ ਖਾਤਰ ਮੱਥੇ 'ਚ ਗੋਲੀਆਂ ਮਾਰਨ ਦੀ ਗੱਲ ਆ। ਇੱਕ ਪਾਸੇ ਅਸੀਂ ਗੱਲ ਕਹਿੰਦੇ ਸਰਬਸੰਮਤੀ ਕਰੋ, ਦੂਜੇ ਪਾਸੇ ਅਸੀਂ ਇਹ ਗੱਲ ਕਹਿੰਦੇ ਬੰਦਾ ਨਹੀਂ ਛੱਡਣਾ ਗਾ, ਤੀਜੇ ਪਾਸੇ ਅਸੀਂ ਇਹ ਗੱਲ ਕਹਿੰਦੇ ਕਿ ਭਾਈ ਅਸੀਂ ਇਕੱਠੇ ਰਹਿਣਾ ਪਿੰਡ ਦੇ ਵਿੱਚ। ਸੋ ਪਿੰਡਾਂ ਦੇ ਵਿੱਚ ਈਰਖਾ, ਪਿੰਡਾਂ ਦੇ ਵਿੱਚ ਝਗੜੇ ਇਸ ਕਦਰ ਵਧੇ ਹੋਏ ਆ ਵੀ ਗੋਲੀਆਂ ਚੱਲਦੀਆਂ, ਬੰਦੇ ਮਾਰਨ ਦੀ ਗੱਲ ਚੱਲਦੀ ਆ, ਬੰਦਾ ਮਾਰ ਕੇ ਰੱਖ ਦਿਆਂਗੇ, ਇਸ ਗੱਲ ਦੀ ਜਿਹੜੀ ਉਹ ਚਰਚਾ ਚੱਲਦੀ ਆ। ਸੋ ਦੁੱਖ ਦੀ ਖਬਰ ਆ, ਇਹ ਬੇਹੱਦ ਦੁੱਖ ਦੀ ਖਬਰ ਹੈ ਵੀ ਆਹ ਕੀ ਕੁਝ ਹੋਇਆ, ਆਹ ਕੀ ਕੁਝ ਹੋ ਰਿਹਾ। ਮੈਂ ਨਹੀਂ ਕਹਿੰਦਾ ਵੀ ਸਾਰੇ ਲੋਕ ਇੱਕੋ ਜਿਹੇ ਆ, ਪਰ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੈਗਾ, ਇਹ ਬੜਾ ਚਿੰਤਾਜਨਕ ਆ। ਪੰਜਾਬ ਦੇ ਪਿੰਡਾਂ ਦੇ ਵਿੱਚ ਆਹ ਕੁਝ ਨਹੀਂ ਹੋਣਾ ਚਾਹੀਦਾ, ਪੰਜਾਬ ਦੇ ਪਿੰਡਾਂ ਦੇ ਵਿੱਚ ਬਦਲ ਰਹੀਆਂ ਇਹ ਸਥਿਤੀਆਂ ਜਿਹੜੀਆਂ ਉਹ ਬੜੀਆਂ ਚਿੰਤਾਜਨਕ ਹੈਗੀਆਂ। ਸੋ ਦੁੱਖ ਦੀ ਗੱਲ ਆ, ਪਰ ਸਰਕਾਰ ਕਿਹਨੂੰ 5 ਲੱਖ ਰੁਪਈਆ ਦਿੰਦੀ ਹੈ ਸਰਬਸੰਮਤੀ ਕਰਨ ਵਾਲੇ ਨੂੰ ਜਾਂ ਨਹੀਂ ਦਿੰਦੀ, ਉਹ ਬਾਅਦ ਦੀਆਂ ਗੱਲਾਂ ਹੈਗੀਆਂ, ਪਰ ਇਹ ਵੀ ਪਿੰਡਾਂ ਦੇ ਲੋਕਾਂ ਨੂੰ ਇਦਾਂ ਦੇ ਵੈਰ ਨਹੀਂ ਪਾਉਣੇ ਚਾਹੀਦੇ, ਅਸੀਂ ਇਹਨਾਂ ਵੈਰਾਂ ਦੇ ਵਿੱਚੋਂ ਕਦੇ ਕੁਝ ਖੱਟਿਆ ਨਹੀਂ ਗਾ। ਤੇ ਕੁਝ ਕੁ ਲੋਕ ਚੰਗੇ ਵੀ ਬਹੁਤ ਆ, ਦੇਖੋ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਕਈ ਸੂਝਵਾਨ ਸੱਜਣੇ ਇਹੋ ਜਿਹੇ ਆ ਜਿਹੜੇ ਕਹਿੰਦੇ ਵੀ ਜੇ ਸਾਡੇ ਪਿੰਡ 'ਚ ਸਰਬਸੰਮਤੀ ਹੋ ਜੇ ਅਸੀਂ 5 ਲੱਖ ਰੁਪਈਆ ਦੇਵਾਂਗੇ। ਉਹਨਾਂ ਨੂੰ ਕੀ ਲੋੜ ਆ, ਲੜਦੇ ਲੜੀ ਜਾਓ, ਮਰਦੇ ਮਰੀ ਜਾਓ, ਉਹਨਾਂ ਨੂੰ ਕੀ ਫਰਕ ਪੈਂਦਾ ਫਿਰ। ਜੇ ਤੁਸੀਂ ਨਹੀਂ ਆਪਦੇ ਪ੍ਰਤੀ ਫਿਕਰਮੰਦ, ਜੇ ਪਿੰਡ ਦੇ ਵਿੱਚ ਏਕਾ ਨਹੀਂ ਰੱਖਣਾ ਚਾਹੁੰਦੇ ਤਾਂ ਬਾਹਰਲੇ ਨੂੰ ਵੀ ਫਿਕਰ ਕਰਨ ਦੀ ਕੀ ਲੋੜ ਆ। ਪਰ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਫਿਕਰ ਕਰਦੇ ਆ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ। ਆ ਮੇਰੇ ਹੁਣ ਦੋਸਤ ਆ ਹਰਵਿੰਦਰ ਸਿੰਘ ਭਲਵਾਨ, ਹਰਵਿੰਦਰ ਸਿੰਘ ਸੇਖੋਂ ਆ, ਦੀਨਾ ਸਾਹਿਬ ਤੋਂ ਨਿਹਾਲ ਸਿੰਘ ਵਾਲੇ ਦੇ ਕੋਲੇ ਪਿੰਡ ਆ, ਉਹਨਾਂ ਨੇ ਇਹ ਗੱਲ ਕਹੀ ਆ। ਉਹ ਕਹਿੰਦੇ ਵੀ ਜੇਕਰ ਸਾਡੇ ਪਿੰਡ 'ਚ ਸਰਬਸੰਮਤੀ ਹੋ ਗਈ ਅਸੀਂ ਆਪਣੇ ਬਾਪੂ ਜੀ ਦੀ ਯਾਦ ਦੇ ਵਿੱਚ 1.25 ਲੱਖ ਰੁਪਈਆ ਪਿੰਡ ਨੂੰ ਦੇਵਾਂਗੇ। ਇਹ ਵੀ ਹੈਗੇ ਆ, ਨਹੀਂ ਤਾਂ ਉਹਨਾਂ ਨੂੰ ਕੀ ਲੋੜ ਆ, ਨਾ ਉਹ ਕਹਿੰਦੇ ਸੀ ਸਰਪੰਚੀ 'ਚ ਖੜਨਾ, ਨਾ ਕਦੇ ਲੜਨਾ, ਨਾ ਕਦੇ ਇਹ ਗੱਲ ਕਹਿਣੀ ਵੀ ਅਸੀਂ ਫਲਾਣੇ ਧੜੇ ਦੇ ਆ। ਜਿਹਨੂੰ ਮਰਜ਼ੀ ਜਿਤਾਓ, ਜਿਹਨੂੰ ਮਰਜ਼ੀ ਵੋਟਾਂ ਪਾ ਲਓ, ਜਿਹਨੂੰ ਨਾ ਪਾਓ, ਪਰ ਜੇਕਰ ਕਿਸੇ ਨੂੰ ਵੀ ਸਰਪੰਚ ਬਣਾ ਲਓ ਤੁਸੀਂ ਸਰਬਸੰਮਤੀ ਨਾਲ ਬਣਾ ਲਓ, 1.25 ਲੱਖ ਰੁਪਈਆ ਅਸੀਂ ਦੇਵਾਂਗੇ। ਸੋ ਇਦਾਂ ਦੇ ਲੋਕ ਵੀ ਹੈਗੇ ਆ ਜੀ। ਬਿਲਕੁਲ ਸਹੀ ਕਿਹਾ ਤੁਸੀਂ ਕਹਿਣਾ ਸਾਹਿਬ, ਇਹ ਤਾਂ ਸਾਨੂੰ ਸਾਰਿਆਂ ਨੂੰ ਵਿਚਾਰਨਾ ਚਾਹੀਦਾ ਹੈ ਕਿ ਕਿਹੜੀ ਗੱਲ ਸਹੀ ਹੈ ਤੇ ਕਿਹੜੀ ਗਲਤ ਹੈ। ਪਤਾ ਨਹੀਂ ਕਿਉਂ ਕਿਹੜੇ ਰਾਹ ਪੈ ਗਏ ਆਪਾਂ। ਦੂਸਰੇ ਬੰਦੇ ਕਹਿਣਾ ਸਾਹਿਬ, ਹੌਲਦਾਰ ਦਰਸ਼ਨ ਸਿੰਘ, ਉਹਨਾਂ ਦੇ ਕਤਲ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਕਹਿੰਦੇ ਕਿ ਜਿਹਨੇ ਕਤਲ ਕੀਤਾ ਹੈ ਉਹ ਸਾਰੇ ਮੁਲਜ਼ਮ ਵੀ ਕਾਬੂ ਕਰ ਲਏ ਗਏ ਨੇ। ਹਾਂ ਬਿਲਕੁਲ ਜੀ, ਉਹ ਚਾਰੇ ਮੁਲਜ਼ਮਾਂ ਜਿਹੜੇ ਉਹ ਕਾਬੂ ਕਰ ਲਏ ਗਏ ਆ। ਦੇਖੋ ਇਹ ਕਿੰਨੇ ਦੁੱਖ ਦੀ ਗੱਲ ਆ ਵੀ ਕਬੱਡੀ ਖਿਡਾਰੀਆਂ ਦੇ ਵੱਲੋਂ ਗੋਲ ਦੂਜਾ ਉਹ ਕੁੱਟ ਕੁੱਟ ਕੇ ਬੰਦਾ ਮਾਰ ਦਿੱਤਾ ਗਿਆ, ਹੌਲਦਾਰ ਸਾਹਿਬ ਮਾਰ ਦਿੱਤੇ ਗਏ, ਹੈੱਡ ਕਾਂਸਟੇਬਲ ਸੀਗੇ ਦਰਸ਼ਨ ਸਿੰਘ ਹੋਰੀ। ਪਰਸੋਂ ਆਪਾਂ ਇਹ ਗੱਲ ਖਬਰ ਸਾਂਝੀ ਕੀਤੀ ਸੀ ਵੀ ਬਰਨਾਲੇ ਦੇ ਇੱਕ ਰੈਸਟੋਰੈਂਟ ਦੇ ਵਿੱਚ ਕਬੱਡੀ ਖਿਡਾਰੀ ਬੈਠ ਕੇ ਦਾਰੂ ਸ਼ਾਰੂ ਪੀ ਰਹੇ ਆ। ਦਾਰੂ ਸ਼ਾਰੂ ਪੀਂਦੇ ਜਿਹੜੇ ਉਹ ਵੇਟਰਾਂ ਦੇ ਨਾਲ ਲੜ ਪਏ ਜਾਂ ਰੈਸਟੋਰੈਂਟ ਦੇ ਮਾਲਕਾਂ ਨਾਲ ਲੜ ਪਏ, ਤੇ ਬਾਅਦ ਦੇ ਵਿੱਚ ਉਹਨਾਂ ਨੇ ਗੋਲੀਆਂ ਮਾਰੀਆਂ, ਗੋਲੀਆਂ ਸੋਰੀ ਕੁੱਟਿਆ ਉਹਨਾਂ ਨੇ ਫੜ ਕੇ ਤੇ ਕਈਆਂ ਨੂੰ। ਬਾਅਦ ਦੇ ਵਿੱਚ ਉੱਥੇ ਪੁਲਿਸ ਬੁਲਾਈ ਗਈ ਹੈ, ਪੁਲਿਸ ਜਦੋਂ ਆਈ ਉਹਦੇ ਵਿੱਚ ਇੱਕ ਦਰਸ਼ਨ ਸਿੰਘ ਹੌਲਦਾਰ ਵੀ ਸੀ, ਉਹਨਾਂ ਨੇ ਇਹਨਾਂ ਖਿਡਾਰੀਆਂ ਨੂੰ ਕਿਹਾ ਵੀ ਚਲੋ ਗੱਡੀ 'ਚ ਬੈਠੋ। ਇਹਨਾਂ ਨੇ ਫਿਰ ਦਰਸ਼ਨ ਸਿੰਘ ਨੂੰ ਕੁੱਟਿਆ ਬਹੁਤ ਤੇ ਸਿਵਲ ਹਸਪਤਾਲ ਦੇ ਵਿੱਚ ਦਰਸ਼ਨ ਸਿੰਘ ਦੀ ਮੌਤ ਹੋ ਗਈ ਆ। ਹੁਣ ਉਸ ਤੋਂ ਅਗਲੀ ਗੱਲ ਆ ਕਿ ਇਹ ਤਾਂ ਭੱਜ ਗਏ, ਪੰਜਾਬ ਦੀ ਸਰਕਾਰ ਨੇ ਦਰਸ਼ਨ ਸਿੰਘ ਦੇ ਪਰਿਵਾਰ ਨੂੰ ਪੈਸੇ ਦੇਣ ਦਾ ਐਲਾਨ ਕਰਤਾ। ਨਵੀਂ ਜਾਣਕਾਰੀ ਇਹ ਪ੍ਰਾਪਤ ਹੋਈ ਆ ਕਿ ਇਸ ਮਾਮਲੇ ਦੇ ਵਿੱਚ 4 ਜਾਣੇ ਜਿਹੜੇ ਮੁਲਜ਼ਮ ਆ ਉਹ ਗ੍ਰਿਫਤਾਰ ਕਰ ਲਏ ਆ। ਪੰਮਾ ਠੀਕਰੀ ਵਾਲਾ ਇਹਦੇ ਵਿੱਚ ਇੱਕ ਵੱਡੀ ਖਿਡਾਰੀ, ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ। ਉੱਥੇ ਕਹਿੰਦੇ ਗੋਲੀ ਵੀ ਚਲਾਉਣੀ ਪਈ ਆ, ਉਹਦੇ ਪੈਰ 'ਚ ਗੋਲੀ ਵੀ ਵੱਜੀ ਆ। ਸੋ ਦੁੱਖ ਇਸ ਗੱਲ ਦਾ ਹੋਇਆ ਕਿ ਸਾਡੇ ਕਬੱਡੀ ਖਿਡਾਰੀਆਂ ਦਾ ਇੱਕ ਹਿੱਸਾ ਕਿਹੜੇ ਰਾਹ ਨੂੰ ਤੁਰ ਪਿਆ। ਅਸੀਂ ਇਹ ਜਾਣਦੇ ਹਾਂ, ਗੱਲ ਕਿਸੇ ਨੂੰ ਕੌੜੀ ਲੱਗ ਸਕਦੀ ਆ, ਵੀ ਕਬੱਡੀ ਖਿਡਾਰੀਆਂ ਦਾ ਇੱਕ ਹਿੱਸਾ ਵੱਖ ਵੱਖ ਤਰ੍ਹਾਂ ਦੇ ਨਸ਼ੇ ਕਰਦਾ, ਉਹ ਗਲਤ ਟਰੈਕ ਦੇ ਉੱਤੇ ਤੁਰਿਆ ਹੋਇਆ, ਕਈ ਬਦਮਾਸ਼ੀਆਂ ਦੇ ਵਿੱਚ ਵੀ ਪਿਆ ਹੋਇਆ। ਪਰ ਸਾਰੇ ਇੱਕੋ ਜਿਹੇ ਨਹੀਂ, ਕਈ ਕਬੱਡੀ ਖਿਡਾਰੀ ਬੜੀ ਸੁਲੱਖਣੀ ਸੋਚ ਵਾਲੇ ਵੀ ਆ ਜਿਹੜੇ ਖੇਡ ਪ੍ਰਤਿਭਾ ਦੇ ਵਿੱਚ ਜੁੜੇ ਰਹਿੰਦੇ ਆ। ਪਰ ਆਹ ਦੇਖੋ, ਕੱਲ੍ਹ ਤੱਕ ਕਬੱਡੀ ਖਿਡਾਰੀ ਸੀ, ਅੱਜ ਇਹ ਕਾਤਲ ਖਵਾਉਂਦੇ ਆ। ਫਿਰ ਕਹਿਣਗੇ ਸਮਾਜ ਮਾੜਾ, ਫਿਰ ਕਹਿਣਗੇ ਸਿਸਟਮ ਦੇ ਵਿੱਚ ਨੁਕਸਾ। ਤੁਸੀਂ ਦਾਰੂ ਸ਼ਾਰੂ ਪੀਨੇ ਆ,
ਤੁਸੀਂ ਜੇ ਨਹੀਂ ਸਰਦਾ, ਤੁਸੀਂ ਆਪਦਾ ਕੋਈ ਮਾੜਾ ਮੋਟਾ ਠਰਮਾ, ਕੋਈ ਸਹਿਜਤਾ ਨਾਂ ਦੀ ਚੀਜ਼ ਵੀ ਹੁੰਦੀ, ਸਬਰ ਨਾਂ ਦੀ ਚੀਜ਼ ਵੀ ਹੁੰਦੀ ਹੈ, ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕੀਤਾ ਉਹ ਬੜੀ ਹੈਰਾਨੀ ਵਾਲੀ ਗੱਲ ਆ। ਮੈਨੂੰ ਇਸ ਗੱਲ ਤੇ ਬੜੀ ਹੈਰਾਨੀ ਹੋਈ ਆ ਵੀ ਕਬੱਡੀ ਖਿਡਾਰੀ ਆ ਜਿਹੜੇ ਉਹ ਆਹ ਕੁਝ ਵੀ ਕਰੀ ਜਾਂਦੇ ਆ। ਜੀ ਬਿਲਕੁਲ ਟੈਡਾ ਸਾਹਿਬ, ਸੋਸ਼ਲ ਮੀਡੀਆ ਤੇ ਅਫਵਾਹਾਂ ਫੈਲਾਉਣ ਵਾਲੇ ਬਾਜ਼ ਨਹੀਂ ਆਉਂਦੇ ਜੀ, ਨਿੱਤੀ ਕੋਈ ਨਾ ਕੋਈ ਨਵਾਂ ਜਿਹੜਾ ਠੋਕਲਾ ਛੱਡ ਦਿੰਦੇ ਨੇ। ਆ ਹੁਣ ਇੰਦਰਜੀਤ ਨਿੱਕੂ ਦੀ ਮੌਤ ਦੀ ਅਫਵਾਹ ਫੈਲਾ ਦਿੱਤੀ ਹੈ ਜੀ। ਹਾਂ ਬਿਲਕੁਲ ਜੀ ਬਿਲਕੁਲ, ਇੰਦਰਜੀਤ ਨਿੱਕੂ ਤੰਦਰੁਸਤ ਆ, ਪਹਿਲੀ ਗੱਲ ਤਾਂ ਇਹ ਆ। ਇੰਦਰਜੀਤ ਨਿੱਕੂ ਦੀ ਮੌਤ ਦੀ ਖਬਰ ਆ ਜਿਹੜੀ ਉਹ ਗਲਤ ਆ, ਤੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਮੌਤ ਦੀ ਖਬਰ ਆਈ ਆ ਤੇ ਇਹ ਚਿੰਤਾਜਨਕ ਗੱਲ ਆ ਵੀ ਭਾਈ ਏਦਾਂ ਨਹੀਂ ਹੋਣਾ ਚਾਹੀਦਾ, ਏਦਾਂ ਨਹੀਂ ਕਰਨਾ ਚਾਹੀਦਾ। ਸਾਡਾ ਸ਼ੁਰਲੀ ਛੱਡ ਮਹਿਕਮਾ ਜਿਹੜਾ ਉਹ ਅਕਸਰ ਇਹੋ ਜਿਹੀਆਂ ਗੱਲਾਂ ਕਰਦਾ ਰਹਿੰਦਾ, ਇਹਨਾਂ ਨੂੰ ਕੋਈ ਪੁੱਛੇ ਨਾ ਪੁੱਛੇ ਘਰੇ, ਪਰ ਇਹ ਸਮਾਜ ਦੇ ਵਿੱਚ ਕੁਝ ਨਾ ਕੁਝ ਇਹੋ ਜਿਹਾ ਗੰਦ ਪਾਉਣ ਦੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ। ਇੰਦਰਜੀਤ ਨਿੱਕੂ ਵੱਖ ਵੱਖ ਕਾਰਨਾਂ ਕਰਕੇ ਗਾਇਕੀ 'ਚ ਵੀ ਚਰਚਾ ਦੇ ਵਿੱਚ ਰਿਹਾ, ਇੰਦਰਜੀਤ ਨਿੱਕੂ ਆ ਜਿਹੜਾ ਉਹ ਕਈ ਕਾਰਨਾਂ ਕਰਕੇ ਵਿਵਾਦਾਂ ਦੇ ਵਿੱਚ ਵੀ ਰਿਹਾ, ਪਰ ਇਹ ਤਾਂ ਇੰਦਰਜੀਤ ਨਿੱਕੂ ਨਾਲ ਸ਼ਰੇਆਮ ਧੱਕਾ ਹੈਗਾ ਜਿਹੜੀ ਗੱਲ ਕੀਤੀ ਗਈ ਆ। ਉਸ ਤੋਂ ਅਗਲੀ ਮਹੱਤਵਪੂਰਨ ਗੱਲ ਇਹ ਆ ਵੀ ਇੰਦਰਜੀਤ ਨਿੱਕੂ ਦੇ ਬਾਰੇ ਖਬਰ ਆਈ ਕਿ ਭਾਈ ਉਹਦੀ ਮੌਤ ਹੋ ਗਈ ਆ, ਇੰਦਰਜੀਤ ਨਿੱਕੂ ਦੁਨੀਆਂ ਦੇ ਉੱਤੇ ਨਹੀਂ ਰਿਹਾ। ਇਹ ਖਬਰ ਜੰਗਲ ਦੀ ਅੱਗ ਵਾਂਗੂ ਫੈਲ ਗਈ ਕਿਉਂਕਿ ਉਹਦੇ ਵਿੱਚ ਕਿਹਾ ਗਿਆ ਸੀ ਕਿ ਐਕਸੀਡੈਂਟ ਉਹਦਾ ਹੋ ਗਿਆ ਜਿਹਦੇ ਕਰਕੇ ਉਹਦੀ ਮੌਤ ਹੋ ਗਈ ਆ, ਪਰ ਭਾਈ ਇਹ ਖਬਰ ਸੱਚੀ ਨਹੀਂ ਸੀਗੀ, ਇਹ ਖਬਰ ਝੂਠੀ ਸੀਗੀ। ਫਿਰ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਵੀਡੀਓ ਪਾ ਕੇ ਤੇ ਇੰਦਰਜੀਤ ਨਿੱਕੂ ਨੇ ਸੱਚਾਈ ਦੱਸੀ ਆ। ਉਹਨੇ ਕਿਹਾ ਜੀ ਕਿ ਮੇਰਾ ਕੁਝ ਨਹੀਂ ਵਿਗੜਿਆ, ਮੈਂ ਬਿਲਕੁਲ ਤੰਦਰੁਸਤ ਹਾਂ, ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ, ਕਿਸੇ ਨੇ ਐਵੇਂ ਇਹ ਸੁਰਲੀ ਛੱਡਤੀ ਆ। ਸੋ ਭਾਈ ਸੁਰਲੀ ਛੱਡ ਮੈਂ ਕਿ ਮੈਨੂੰ ਬੇਨਤੀ ਆ ਵੀ ਭਾਈ ਇੱਦਾਂ ਦੀਆਂ ਗੱਲਾਂ ਨਾ ਕਰਿਆ ਕਰੇ। ਕਿਸੇ ਦੇ ਜਜ਼ਬਾਤ ਦੇ ਉੱਤੇ ਸੱਟ ਆਪਾਂ ਕਿਉਂ ਮਾਰਦੇ ਹਾਂ, ਕਿਸੇ ਬੰਦੇ ਨੂੰ ਜਿਉਂਦੇ ਜੀ ਆਪਾਂ ਕਿਉਂ ਮਾਰਦੇ ਹਾਂ। ਸੋ ਦੁੱਖ ਹੋਇਆ ਇਸ ਗੱਲ ਦੇ ਉੱਤੇ ਕਿ ਭਾਈ ਕਿਸੇ ਨੇ ਇਹ ਅਫਵਾਹਾਂ ਫੈਲਾਈਆਂ, ਤੇ ਤਸੱਲੀ ਹੋਈ ਇਸ ਗੱਲ ਦੀ ਕਿ ਇੰਦਰਜੀਤ ਨਿੱਕੂ ਤੰਦਰੁਸਤ ਆ, ਉਹਦਾ ਕੁਛ ਨਹੀਂ ਵਿਗੜਿਆ ਜੀ। ਜੀ ਬਿਲਕੁਲ ਚਣਾ ਸਾਹਿਬ, ਹੁਣ ਗੱਲ ਕਰਦੇ ਹਾਂ ਜੀ ਕਿਸਾਨੀ ਦੀ। ਕਹਿੰਦੇ ਅਬੋਹਰ ਮੰਡੀ ਦੇ ਗੇਟ ਦੇ ਉੱਪਰ ਕਿਸਾਨਾਂ ਨੇ ਤਾਲਾ ਜੜ ਦਿੱਤਾ ਜੀ, ਕਿਉਂ? ਹਾਂ ਬਿਲਕੁਲ ਜੀ, ਦੇਖੋ ਅਬੋਹਰ ਮੰਡੀ ਦੇ ਤਾਂ ਤਾਲਾ ਇਸ ਕਰਕੇ ਜੜਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਨਾ ਇਸ ਵੇਲੇ ਮੰਡੀਆਂ ਦੇ ਵਿੱਚ ਕਿਸਾਨ ਜਿਹੜਾ ਉਹ ਰਿੜਕਿਆ ਜਾ ਰਿਹਾ, ਜਿਵੇਂ ਪਰੇਸ਼ਾਨ ਹੋ ਰਿਹਾ, ਇਹ ਬੜੇ ਦੁੱਖ ਦੀ ਗੱਲ ਆ ਅਸਲ ਦੇ ਵਿੱਚ। ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਬਈ ਮੰਡੀ ਦੇ ਵਿੱਚ ਨਰਮੇ ਦੀ ਬੋਲੀ ਨਹੀਂ ਹੋ ਰਹੀ। ਜਦੋਂ ਨਰਮੇ ਦੀ ਬੋਲੀ ਨਹੀਂ ਹੋ ਰਹੀ ਤੇ ਫਿਰ ਉਹ ਪਰੇਸ਼ਾਨ ਤਾਂ ਹੋਊਗਾ, ਕੁਦਰਤੀ ਗੱਲ ਆ। ਸੋ 2-3 ਦਿਨਾਂ ਤੋਂ ਲਗਾਤਾਰ ਬੋਲੀ ਨਾ ਹੋਣ ਦੇ ਕਰਕੇ ਤੇ ਉਹਨੇ ਇਸ ਕਰਕੇ ਪਤਾ ਲੱਗਾ ਜੀ ਕਿ ਉੱਥੇ ਮੰਡੀ ਦੇ ਤਾਲਾ ਲਾ ਤਾ ਕਿਸਾਨਾਂ ਨੇ। ਉਹ ਕਹਿੰਦੇ ਵੀ ਚਲੋ ਜੇ ਤੁਸੀਂ ਕੰਮ ਹੀ ਨਹੀਂ ਕਰਨਾ ਤੇ ਫਿਰ ਬੈਠੇ ਰਹੋ, ਤੁਹਾਡੇ ਕੋਲੋਂ ਕਰਾਉਣਾ ਕੀ ਆ। ਸੋ ਇਹ ਜਾਣਕਾਰੀ ਪ੍ਰਾਪਤ ਹੋਈ ਆ ਤੇ ਉਸ ਤੋਂ ਅਗਲੀ ਗੱਲ ਇਹ ਆ ਵੀ ਭਾਈ ਮੰਡੀਆਂ ਦੇ ਵਿੱਚ ਕਿਸਾਨ ਕਈ ਥਾਵਾਂ ਤੇ ਖੱਜਲ ਵੀ ਹੋ ਰਹੇ ਆ, ਕਈ ਥਾਵਾਂ ਦੇ ਉੱਤੇ ਗੱਲ ਚਿੰਤਾਜਨਕ ਵੀ ਆ, ਇਦਾਂ ਨਹੀਂ ਹੋਣਾ ਚਾਹੀਦਾ। ਸੋ ਦੇਖਦੇ ਭਾਈ ਆਉਂਦੇ ਦਿਨਾਂ ਦੇ ਵਿੱਚ ਕੀ ਹੁੰਦਾ, ਪਰ ਕਿਸਾਨੀ ਨੇ ਇਹ ਗੱਲ ਕਹੀ ਆ ਜਿੰਨੇ ਵੱਡੇ ਪੱਧਰ ਦੇ ਉੱਤੇ ਸਰਕਾਰ ਕਹਿੰਦੀ ਸੀ ਪ੍ਰਬੰਧ ਕਰਤੇ ਆਹ ਕਰਤਾ ਉਹ ਕਰਤਾ, ਇਦਾਂ ਦੀ ਗੱਲ ਹੈ ਨਹੀਂ ਜੀ। ਜੀ ਚਣਾ ਸਾਹਿਬ, ਹੁਣ ਗੱਲ ਕਰਦੇ ਹਾਂ ਉਸ ਮਾਮਲੇ ਦੀ, ਜਿਸ ਮਾਮਲੇ ਦੀ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ, ਅਧਿਆਪਕਾ ਬਲਵਿੰਦਰ ਕੌਰ ਦੀ ਖੁਦਕੁਸ਼ੀ ਦਾ ਮਾਮਲਾ। ਕਹਿੰਦੇ ਇਸ ਮਾਮਲੇ ਦੇ ਉੱਪਰ ਵੀ ਰਾਜਨੀਤੀ ਜਿਹੜੀ ਇਸ ਵੇਲੇ ਸਿਖਰਾਂ ਦੇ ਉੱਪਰ ਹੈ ਜੀ। ਦੇਖੋ ਇਹ ਤਾਂ ਦੁੱਖ ਦੀ ਗੱਲ ਹੈ ਜੀ, ਸਾਡੇ ਤਾਂ ਸੂਬੇ ਦੇ ਵਿੱਚ ਤੇ ਸਾਡੇ ਵੈਸੇ ਸਮੁੱਚੇ ਦੇਸ਼ ਦੇ ਵਿੱਚ ਹੀ ਵੀ ਰਾਜਨੀਤੀ ਹੀ ਆ, ਹੋਰ ਤਾਂ ਕੁਝ ਹੁੰਦਾ ਹੀ ਨਹੀਂ। ਰਾਜਨੀਤੀ ਹੀ ਹੁੰਦੀ ਰਹਿੰਦੀ ਹੈ, ਹੋਰ ਤਾਂ ਕੁਝ ਹੋਣਾ ਵੀ ਨਹੀਂ, ਤੇ ਇਹ ਵੀ ਗੱਲ ਉਹਦੇ ਨਾਲ ਹੀ ਜੁੜੀ ਹੋਈ ਆ। ਜਿਸ ਤਰੀਕੇ ਦੇ ਨਾਲ ਇਹ ਖਬਰਾਂ ਆਉਣ ਲੱਗ ਪਈਆਂ ਵੀ ਭਾਈ ਦੇਖੋ ਉਹਦੇ ਘਰੇ ਚਲੇ ਗਏ, ਦੇਖੋ ਤੁਸੀਂ ਜਾਣੇ ਹੋ ਦੁੱਖ ਦਾ ਪ੍ਰਗਟਾਵਾ ਕਰਨੇ, ਉਹਦੇ ਨਾਲ ਅਸੀਂ ਸਹਿਮਤ ਹਾਂ, ਦੁੱਖ ਦਾ ਪ੍ਰਗਟਾਵਾ ਵੀ ਕਰਨਾ ਚਾਹੀਦਾ, ਪਰ ਕੱਲੀ ਰਾਜਨੀਤੀ ਦੇ ਲਈ ਨਹੀਂ, ਕੱਲੀ ਰਾਜਨੀਤੀ ਦੇ ਕਰਕੇ ਨਹੀਂ ਸਾਰਾ ਕੁਝ ਹੋਣਾ ਚਾਹੀਦਾ। ਜਾਣਕਾਰੀ ਇਹ ਪ੍ਰਾਪਤ ਹੋਈ ਹੈ ਵੀ ਬੜੇ ਵੱਡੇ ਪੱਧਰ ਦੇ ਉੱਤੇ ਇਸ ਮਾਮਲੇ ਦੇ ਉੱਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਲੋਕ ਤੇ ਉਹ ਸੰਬੰਧਿਤ ਯੂਨੀਅਨ 1158 ਯੂਨੀਅਨ ਦੇ ਕੋਲੇ ਜਾ ਰਹੀ ਹੈ, ਤੇ ਉੱਧਰ ਪਤਾ ਲੱਗਾ ਜੀ ਪੀੜਤ ਪਰਿਵਾਰ ਦੇ ਕੋਲੇ ਜਾ ਰਹੇ ਆ। ਪ੍ਰੋਫੈਸਰ ਬਲਵਿੰਦਰ ਕੌਰ ਜਿਹੜੇ ਉਹਨਾਂ ਦੀ ਲਾਸ਼ ਮਿਲ ਗਈ ਸੀਗੀ ਨਹਿਰ ਦੇ ਵਿੱਚੋਂ ਤੇ ਉਹਨਾਂ ਨੇ ਖੁਦਕੁਸ਼ੀ ਕੀਤੀ ਸੀ। ਖੁਦਕੁਸ਼ੀ ਨੋਟ ਦੇ ਵਿੱਚ ਉਹਨਾਂ ਨੇ ਹਰਜੋਤ ਸਿੰਘ ਬੈਂਸ ਦਾ ਨਾਂ ਲਿਖਿਆ 2-3 ਵਾਰੀ ਵੀ ਭਾਈ ਇਹਨਾਂ ਦੇ ਵੱਲੋਂ ਲਏ ਗਏ ਗਲਤ ਫੈਸਲਿਆਂ ਦੇ ਕਰਕੇ ਖੁਦਕੁਸ਼ੀ ਕਰਨ ਦੇ ਰਾਹ ਮੈਂ ਪਈ ਆ। ਯੂਨੀਅਨ ਦੀਆਂ ਮੰਗਾਂ ਹੈਗੀਆਂ ਜੀ ਕਿ ਹੁਣ ਭਾਈ ਸਾਡੀ ਗੱਲ ਸੁਣੀ ਜਾਵੇ, ਪਰਿਵਾਰ ਦੀ ਮੰਗ ਆ ਵੀ ਭਾਈ ਸਾਡੀ ਸਾਰ ਲਈ ਜਾਵੇ। ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਕਹਿੰਦੀਆਂ ਵੀ ਹਰਜੋਤ ਸਿੰਘ ਬੈਂਸ ਦਾ ਅਸਤੀਫਾ ਲਿਆ ਜਾਵੇ। ਦੇਖੋ ਰਾਜਨੀਤਿਕ ਪਾਰਟੀਆਂ ਦਾ ਤਾਂ ਕੰਮ ਇਹ ਹੁੰਦਾ, ਉਹਨਾਂ ਨੇ ਤਾਂ ਕੱਲ੍ਹ ਨੂੰ ਕੋਈ ਹੋਰ ਮੁੱਦਾ ਆ ਗਿਆ ਉੱਧਰ ਨੂੰ ਤੁਰ ਪੈਣਾ। ਇਹ 4 ਦਿਨ ਦੀ ਗੱਲ ਆ ਉਹਨਾਂ ਦੇ ਵਾਸਤੇ, ਜਿਨ੍ਹਾਂ ਦੀ ਧੀ ਮੁੱਕ ਗਈ, ਦੁੱਖ ਤਾਂ ਉਹਨਾਂ ਨੂੰ ਸਾਰੀ ਉਮਰ ਦੇ ਲਈ। ਪਰ ਕੱਲ੍ਹ ਮੈਨੂੰ ਨਾ ਜਥੇਦਾਰ ਰਘਵੀਰ ਸਿੰਘ ਹੋਰਾਂ ਦੀ ਇੱਕ ਗੱਲ ਬਹੁਤ ਚੰਗੀ ਲੱਗੀ। ਉਹ ਕਹਿੰਦੇ ਵੀ ਹਕੂਮਤਾਂ ਦਾ ਫਰਜ਼ ਹੁੰਦਾ ਕਿ ਭਾਈ ਬਾਂਹ ਫੜੀ ਜਾਵੇ ਜਵਾਨੀ ਦੀ, ਕਿਸਾਨੀ ਦੀ, ਕਾਬਲ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ। ਪਰ ਜਿਹੜੇ ਹਕੂਮਤ ਦੇ ਵਿੱਚ ਨੌਜਵਾਨ ਖੁਦਕੁਸ਼ੀਆਂ ਕਰਦੇ ਹੋਣ, ਬੜੇ ਦੁੱਖ ਦੀ ਗੱਲ ਆ। ਪਰ ਉਹਨਾਂ ਨੇ ਕਿਹਾ ਜੀ ਕਿ ਗੁਰਸਿੱਖ ਰੂਪ ਦੇ ਵਿੱਚ ਸੀ ਉਹ ਕੁੜੀ, ਸਿੱਖੀ ਸਰੂਪ ਦੇ ਵਿੱਚ ਸੀ ਉਹ ਕੁੜੀ, ਉਹਨੂੰ ਵੀ ਖੁਦਕੁਸ਼ੀ ਨਹੀਂ ਸੀ ਕਰਨੀ ਚਾਹੀਦੀ। ਮਰ ਜਾਣਾ ਕਿਸੇ ਮਸਲੇ ਦਾ ਹੱਲ ਨਹੀਂ, ਤੇ ਸਿੱਖੀ ਸਾਨੂੰ ਮਰਨ ਦੇ ਲਈ ਨਹੀਂ ਕਹਿੰਦੀ, ਸਿੱਖੀ ਸਾਨੂੰ ਲੜਨ ਦੇ ਲਈ ਕਹਿੰਦੀ ਆ।
इस तरीके दे नाल उन्हों खुदकुशी नहीं सी करनी चाहिए। उन्होंने कहा जी कि जवानी नू रुजगार मिलना चाहिए जी। जी बिल्कुल, उन्होंने सही गल कही। खैर अगे वधदे हां, हुण गल करदे आपां जथेदार मक्खन सिंह नंगल होरां दी। कहिंदे उन्हां दा देहांत हो गया। हाँ बिल्कुल जी, फरीदकोट की राजनीति दे विच ना जथेदार मक्खण सिंह नंगल होरां दा काफ़ी नाम सीगा। जदों अकाली दल की सरकार सी उदों नंगल साहब का नाँ काफ़ी वड्डा सीगा, क्योंकि ये जिले के जथेदार भी रहे हैं, प्रधान रहे कहने का भाव, तो फिर ये श्रोमणी गुरुद्वारा प्रबंधक कमेटी के मैंबर भी सीगे। जिवें हर खेत्र दे विच जिला पद्धरी कई नेता हुंदे आ, उन्होंने जिले के बड़ा वड्डा नाँ हुंदा, उन्होंने एक मक्खण सिंह नंगल भी सी। पर मैनू कुछ क दिन पहले ही पता लगा से भी ये कैंसर की समस्या तो पीड़ित हैगे आ, ते हुण उन्होंने बारे खबर आ गई है, क्योंकि इन्हों का इलाज मेरा ख्याल PGI दे विचों चलता सीगा। ते मक्खण सिंह नंगल होरी लगभग 70 साल की उम्र दे सीगे लगभग, ते उन्होंने मौत हो गई है, दुख होया। देखो गल फिर उत्थे आ गई भी बंदे ने तुर तो जाना ही है, पर दुख उदों हुंदा उन्होंने परिवार को सारी उम्र के लिए दुख रहिंदा। जिन्हां का कोई वड्डा वडेरा होवे, कोई छोटा होवे, कोई अपना होवे, खून का रिश्ता होवे, वो सारी उम्र उस दुख दे विच रहिंदे आ। मक्खण सिंह नंगल दे नाल भी पार्टी दीआं जिहड़ीआं गल्लां सी ਉਹ ਜੁੜੀਆਂ। ਮੱਖਣ ਸਿੰਘ ਨੰਗਲ ਨੇ ਕੰਮ ਪਾਰਟੀ ਲਈ ਕੀਤਾ, ਪਰਿਵਾਰ ਦੇ ਲਈ ਕੀਤਾ, ਸੋ ਪਰਿਵਾਰ ਨੂੰ ਤੇ ਪਾਰਟੀ ਨੂੰ ਇਸ ਵੇਲੇ ਦੁੱਖ ਹੋਣਾ ਕੁਦਰਤੀ ਹੈ ਜੀ। ਜੀ ਬਿਲਕੁਲ ਕਹਿੰਦੇ ਸਾਹਿਬ, ਕਰਤਾਰਪੁਰ ਸਾਹਿਬ ਦੇ ਲੰਘਦੇ ਤੋਂ ਇੱਕ ਬਹੁਤ ਸੋਹਣੀ ਖਬਰ ਸਾਹਮਣੇ ਆਈ ਹੈ ਜੀ। ਕਹਿੰਦੇ 76 ਸਾਲਾਂ ਬਾਅਦ, ਤਕਰੀਬਨ 76 ਸਾਲਾਂ ਬਾਅਦ ਕਰਤਾਰਪੁਰ ਸਾਹਿਬ ਦੇ ਲੰਘਦੇ ਤੇ ਭੈਣ ਭਰਾ ਮਿਲੇ ਨੇ ਜੀ। ਬਹੁਤ ਵਧੀਆ ਗੱਲ ਹੈ ਜੀ। ਦੇਖੋ ਇਹ ਇੱਕ ਚੰਗੀ ਖਬਰ ਹੈ। ਇਹ ਫਿਰ ਗੱਲ ਤਾਂ ਫਿਰ ਉੱਥੇ ਹੀ ਆ ਗਈ ਵੀ ਸੋਸ਼ਲ ਮੀਡੀਆ ਦੇ ਵੱਖੋ ਵੱਖਰੇ ਰੰਗ ਆ, ਕੋਈ ਰੰਗ ਕਿਹੋ ਜਿਹਾ, ਕੋਈ ਰੰਗ ਕਿਹੋ ਜਿਹਾ। ਇਹ ਸੋਸ਼ਲ ਮੀਡੀਆ ਦਾ ਇੱਕ ਪੋਜ਼ਿਟਿਵ ਪੱਖ ਆ ਜਿਹੜਾ ਕਿ ਵਿਛੜਿਆਂ ਨੂੰ ਮਿਲਾ ਦਿੰਦਾ, ਤੇ ਕਈ ਥਾਵਾਂ ਦੇ ਉੱਤੇ ਚੰਗੇ ਭਲਿਆਂ ਨੂੰ ਵਿਗਾੜ ਵੀ ਦਿੰਦਾ, ਵਿਛੋੜਾ ਵੀ ਪਵਾ ਦਿੰਦਾ। ਇਹੋ ਕਿਸੇ ਨਾ ਕਿਸੇ ਨੇ ਵਿਚਾਲੇ ਕਿਤੇ ਤਿੱਤ ਕਰਤੀ ਤੇ ਫਿਰ ਰੌਲਾ ਪੈਣਾ ਹੀ ਆ। ਇਹਦੀ ਤਾਜ਼ਾ ਜਾਣਕਾਰੀ ਆਈ ਹੈ ਬੜੀ ਮਹੱਤਵਪੂਰਨ ਵੀ ਸੋਸ਼ਲ ਮੀਡੀਆ ਦੇ ਰਾਹੀਂ ਭੈਣ ਭਰਾ ਜਿਹੜੇ ਕਿ 76 ਸਾਲ ਤੋਂ ਵਿਛੜੇ ਹੋਏ ਆ ਉਹ ਆਪਸ ਦੇ ਵਿੱਚ ਮਿਲ ਗਏ ਆ। ਇੱਕ ਪਾਸੇ ਹੈਗਾ ਜੀ ਮੁਹੰਮਦ ਇਸਮਾਇਲ, ਲਾਹੌਰ ਤੋਂ 200 ਕਿਲੋਮੀਟਰ ਦੂਰ ਪਿੰਡ ਜ਼ਿਲ੍ਹਾ ਹੈਗਾ ਜੀ ਸਾਹੀਵਾਲ, ਸਾਹੀਵਾਲ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਆ, ਉਹ ਉੱਥੋਂ ਦੇ ਰਹਿਣ ਵਾਲੇ ਆ। ਉਹਨਾਂ ਦੀ ਭੈਣ ਆ ਜਿਹੜੀ ਉਹ ਜਲੰਧਰ ਦੀ ਰਹਿਣ ਵਾਲੀ ਹੈ, ਮੇਰਾ ਖਿਆਲ ਨਾਂ ਹੈਗਾ ਬੇਬੇ ਦਰਸ਼ਨ ਕੌਰ। ਇਹ ਦੋਵੇਂ 76 ਸਾਲ ਪਹਿਲਾਂ ਵਿਛੜ ਗਏ ਸੀ, ਪਰ ਉੱਥੋਂ ਦੇ ਯੂਟਿਊਬਰ ਨੇ, ਪਾਕਿਸਤਾਨ ਦੇ ਇੱਕ ਯੂਟਿਊਬਰ ਨੇ, ਤੇ ਮੁਹੰਮਦ ਇਸਮਾਇਲ ਦੇ ਵਿਛੋੜੇ ਦੀ ਕਹਾਣੀ ਆ ਜਿਹੜੀ ਉਹ ਯੂਟਿਊਬ ਤੇ ਪੇਸ਼ ਕੀਤੀ ਆ। ਫਿਰ ਆਸਟ੍ਰੇਲੀਆ ਦੇ ਵਿੱਚ ਇੱਕ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਮਿਸ਼ਨ ਸਿੰਘ ਨਾਂ ਦਾ ਇੱਕ ਵਿਅਕਤੀ ਆ, ਜਿਹਨੇ ਕਿ ਮੁਹੰਮਦ ਇਸਮਾਇਲ ਨਾਲ ਗੱਲ ਕੀਤੀ ਆ। ਉਹਨੂੰ ਦੱਸਿਆ ਵੀ ਤੇਰੀ ਇੱਕ ਭੈਣ ਜਾਂ ਭੈਣ ਦੇ ਨਾਲ ਜਿਹਦੀ ਕਹਾਣੀ ਮਿਲਦੀ ਆ, ਉਹ ਦਰਸ਼ਨ ਕੌਰ ਆ ਜਿਹੜੇ ਉਹ ਜਲੰਧਰ ਰਹਿੰਦੇ ਆ। ਇਹਨਾਂ ਦੋਵਾਂ ਦੀ ਆਪਸ ਦੇ ਵਿੱਚ ਗੱਲ ਕਰਾਈ ਗਈ, ਦੋਵਾਂ ਨੇ ਆਪਸ ਦੇ ਵਿੱਚ ਗੱਲ ਕਰਕੇ ਤੇ ਸਾਰੇ ਜਦੋਂ ਪਤਾ ਲੱਗਾ ਵੀ ਰਿਸ਼ਤੇ ਸਾਰੇ ਮੇਲ ਖਾਂਦੇ ਆ, ਇਕੱਠੇ ਇੱਕੋ ਪਿੰਡ ਆ, ਸਭ ਗੱਲ ਇੱਕ ਆ, ਤੇ ਭੈਣ ਭਰਾ ਜਦੋਂ ਨਿਕਲੇ, ਫਿਰ ਇਹਨਾਂ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਮੱਥਾ ਟੇਕਣ ਦਾ ਪ੍ਰੋਗਰਾਮ ਬਣਾਇਆ। ਕਿਉਂਕਿ ਦੇਖੋ ਅੱਜ ਦੋਵਾਂ ਦੇਸ਼ਾਂ ਦੇ ਹਾਲਾਤ ਇਹੋ ਜਿਹੇ ਆ, ਇੱਧਰਲੇ ਉੱਧਰ ਨਹੀਂ ਜਾ ਸਕਦੇ ਛੇਤੀ, ਉੱਧਰਲਿਆਂ ਨੂੰ ਇੱਧਰ ਦਾ ਵੀਜ਼ਾ ਨਹੀਂ ਮਿਲਦਾ ਛੇਤੀ, ਸੋ ਇਸ ਕਰਕੇ ਇਹਨਾਂ ਨੇ ਪ੍ਰੋਗਰਾਮ ਬਣਾਇਆ ਵੀ ਆਪਾਂ ਮਿਲਦੇ ਹਾਂ ਇੱਥੇ, ਯਾਨੀ ਕਿ ਕਰਤਾਰਪੁਰ ਦੇ ਲਾਂਘੇ ਤੇ। ਫਿਰ ਭੈਣ ਭਰਾ ਪਰਿਵਾਰ ਸਮੇਤ ਮਿਲੇ ਆ, ਭੈਣ ਭਰਾਵਾਂ ਨੇ 76 ਵਰ੍ਹਿਆਂ ਬਾਅਦ ਮਿਲ ਕੇ, ਤੁਸੀਂ ਸਮਝ ਸਕਦੇ ਵੀ ਕਿਹੋ ਜਿਹੀਆਂ ਗੱਲਾਂ ਕੀਤੀਆਂ ਹੋਣੀਆਂ, ਕਿੰਨੀਆਂ ਅੱਖਾਂ ਭਰੀਆਂ ਹੋਣੀਆਂ, ਕਿੰਨੇ ਜਜ਼ਬਾਤੀ ਹੋਏ ਹੋਣੇ ਆ। ਤਾਂ ਧੰਨਵਾਦੀ ਉਸ ਯੂਟਿਊਬ ਦੇ ਚੈਨਲ ਦੇ ਮਾਲਕ ਦਾ ਜਿਨ੍ਹਾਂ ਨੇ ਇਹ ਸਾਰਾ ਪ੍ਰਬੰਧ ਕੀਤਾ, ਧੰਨਵਾਦੀ ਆ ਸੋਸ਼ਲ ਮੀਡੀਆ ਦੇ ਉਹਨਾਂ ਪ੍ਰਚਾਰਕਾਂ ਦਾ ਜਿਹੜੇ ਕਿ ਇਦਾਂ ਵਿਛੜਿਆਂ ਨੂੰ ਮਿਲਾ ਦਿੰਦੇ ਆ। ਸੋ ਬਹੁਤ ਖੁਸ਼ੀ ਦੀ ਗੱਲ ਆ, ਬੜੀ ਤਸੱਲੀ ਦੀ ਗੱਲ ਆ ਵੀ ਇੱਕ ਯੂਟਿਊਬਰ ਦੇ ਕਰਕੇ, ਸੋਸ਼ਲ ਮੀਡੀਆ ਦੇ ਕਰਕੇ 76 ਵਰ੍ਹਿਆਂ ਬਾਅਦ ਭੈਣ ਭਰਾ ਮਿਲੇ ਜੀ। ਜੀ ਬਿਲਕੁਲ ਸਹੀ ਸੈਣਾ ਸਾਹਿਬ। ਹੁਣ ਕਹਿੰਦੇ ਜੇਲ੍ਹਾਂ ਜਿਹੜੀਆਂ ਨੇ AI ਕੈਮਰਿਆਂ ਦੇ ਨਾਲ ਲੈਸ ਹੋਣਗੀਆਂ ਜੀ। ਦੇਖੋ ਜੀ 15 ਵਰ੍ਹਿਆਂ ਤੋਂ ਤਾਂ ਮੈਂ ਇਹ ਖਬਰਾਂ ਪੜ੍ਹ ਰਿਹਾ ਕਿ ਜੇਲ੍ਹਾਂ ਨੂੰ ਅਸੀਂ ਅਤਿ ਆਧੁਨਿਕ ਕਰਾਂਗੇ, ਜੇਲ੍ਹਾਂ ਦੇ ਵਿੱਚ ਅਸੀਂ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦੇਵਾਂਗੇ, ਪ੍ਰਬੰਧ ਅਸੀਂ ਸਿਖਰ ਦੇ ਉੱਤੇ ਕਰ ਦਿਆਂਗੇ। ਪਰ ਪਤਾ ਨਹੀਂ ਵੀ ਭਾਈ ਸਾਡੇ ਹੁੰਦੇ ਹੁੰਦੇ ਇਹ ਹੋ ਜਾਣਾ ਜਾਂ ਬਾਅਦ ਦੇ ਵਿੱਚ ਹੋਣਾ, ਪਰ ਅਸੀਂ ਤਾਂ ਇੰਨੀਆਂ ਖਬਰਾਂ ਹੀ ਪੜ੍ਹਦੇ ਰਹਿੰਦੇ ਹਾਂ ਵੀ ਭਾਈ ਪ੍ਰਬੰਧ ਕੀਤੇ ਜਾ ਰਹੇ ਹਨ, ਪ੍ਰਬੰਧ ਹੋ ਰਹੇ ਹਨ, ਪ੍ਰਬੰਧ ਇੱਦਾਂ ਹੋ ਰਹੇ ਹਨ, ਪ੍ਰਬੰਧ ਉੱਦਾਂ ਹੋ ਰਹੇ ਹਨ। ਪਰ ਹੁਣ ਜਾਣਕਾਰੀ ਇਹੀ ਆਈ ਹੈ ਵੀ ਪੰਜਾਬ ਦੇ ਜੇਲ੍ਹਾਂ ਦੇ ਵਿਭਾਗ ਨੇ ਗੱਲ ਆਖੀ ਹੈ ਕਿ ਭਾਈ ਅਸੀਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ AI ਲੈਵਲ ਦੇ ਕੈਮਰੇ ਲਾ ਰਹੇ ਹਾਂ, ਜਿਹਨੂੰ ਅਸੀਂ ਆਰਟੀਫਿਸ਼ਲ ਇੰਟੈਲੀਜੈਂਸ ਕਹਿੰਦੇ ਹਾਂ। ਉਹ ਕਹਿੰਦੇ ਵੀ ਵੱਡੇ ਪੱਧਰ ਦੇ ਉੱਤੇ ਕੈਮਰੇ ਲੱਗਣਗੇ, ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਦੇ ਵਿੱਚ ਵਾਧਾ ਕਰ ਰਹੇ ਹਾਂ, ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਜਿਹੜੇ ਕੈਮਰੇ ਆ ਇਹ ਅਪ੍ਰੈਲ ਮਹੀਨੇ ਤੱਕ ਲੱਗ ਜਾਣੇ। ਸੋ ਦੇਖਦੇ ਹਾਂ ਭਾਈ ਲੱਗਦੇ ਕਿ ਨਹੀਂ ਲੱਗਦੇ। ਉਦਾਂ ਭਾਈ 15 ਵਰ੍ਹਿਆਂ ਤੋਂ ਤਾਂ ਮੈਂ ਪੜ੍ਹੀ ਜਾਂਦਾ ਜੈਮਰ ਲਾਏ ਜਾਣਗੇ, ਕੈਮਰੇ ਵੱਡੇ ਲਾਏ ਜਾਣਗੇ, ਕੰਧਾਂ ਉੱਚੀਆਂ ਚੁੱਕੀਆਂ ਜਾਣਗੀਆਂ, ਕੰਡਿਆਲੀ ਤਾਰ ਉੱਚੀ ਕੀਤੀ ਜਾਵੇਗੀ, ਜੇਲ੍ਹ ਦੇ ਆਲੇ ਦੁਆਲੇ ਦੇ ਰਿਹਾਇਸ਼ੀ ਖੇਤਰ ਦੇ ਵਿੱਚੋਂ ਜਿਹੜੇ ਜੇਲ੍ਹ ਦੇ ਵਿਹੜੇ 'ਚ ਪੈਕਟ ਸੁੱਟੇ ਜਾ ਰਹੇ ਹਨ ਇਹ ਰੋਕੇ ਜਾਣਗੇ, ਅਸੀਂ ਜਿੱਥੇ ਚਿੜੀ ਨਹੀਂ ਫੜਕਣ ਦਿਆਂਗੇ। ਸੋ ਇੱਦਾਂ ਦੀਆਂ ਖਬਰਾਂ ਮੈਂ ਬੜੇ ਲੰਬੇ ਸਮੇਂ ਤੋਂ ਪੜ੍ਹਦਾ, ਸਾਂਝੀਆਂ ਕਰਦਾ, ਪਰ ਜਿਹੜੀ ਹੁਣ ਅਪ੍ਰੈਲ ਤੱਕ ਕਹਿੰਦੇ ਵੀ ਜੇਲ੍ਹਾਂ ਦੇ ਵਿੱਚ ਸੁਰੱਖਿਆ ਦੇ ਪ੍ਰਬੰਧ ਸਖਤ ਕਰ ਦੇਣੇ ਆ, ਇਹ ਸਮਾਂ ਦੱਸੂਗਾ ਵੀ ਸੱਚੀ ਹੁੰਦੇ ਕਿ ਨਹੀਂ ਜੀ।
ਜੀ ਜਨਰਲ ਸਾਹਿਬ, ਪੰਜਾਬ ਦਾ ਮੌਸਮ ਕਿਵੇਂ ਹੈ ਜੀ? ਪੰਜਾਬ ਦਾ ਮੌਸਮ ਠੀਕ ਹੈ ਜੀ। ਆ ਮੈਂ ਹੁਣੇ ਰਿਪੋਰਟ ਪੜ੍ਹ ਕੇ ਹਟਿਆ, 28 ਅਕਤੂਬਰ ਤੋਂ ਬਾਅਦ ਪੰਜਾਬ ਦੇ ਵਿੱਚ ਮੌਸਮ ਨੇ ਕਰਵਟ ਬਦਲਣੀ ਆ। ਉਦੋਂ ਤੱਕ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਨਹੀਂ ਜੀ। ਜੀ ਸੋ ਖੈਰ, ਬਹੁਤ ਬਹੁਤ ਸ਼ੁਕਰੀਆ ਸਰ, ਅੱਜ ਦੇ ਲਈ ਇੰਨੇ ਜੀ, ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਮਿਹਰਬਾਨੀ ਮਿਹਰਬਾਨੀ ਜੀ, ਬਹੁਤ ਧੰਨਵਾਦ।